केपीडी न्यूज हक सच और इंसाफ की आवाज। जलंधर दे मच्छी मार्केट कोल कूड़े दा डंप लै के जा रहे ड्राइवर अते एक पुलिस मुलाजम विचाले झड़प होने की खबर मिली है। ਡਰਾਈਵਰ ਨੇ ਦੱਸਿਆ ਕਿ ਉਹ ਬਸ਼ੀਰਪੁਰਾ ਤੋਂ ਕੂੜਾ ਗੱਡੀ ਵਿੱਚ ਭਰ ਕੇ ਵਰਿਆਣਾ ਡੰਪ ਵੱਲ ਸੁੱਟਣ ਲਈ ਜਾ ਰਿਹਾ ਸੀ ਕਿ ਮੱਛੀ ਮਾਰਕੀਟ ਦੇ ਕੋਲ ਇੱਕ ਆਲਟੋ ਗੱਡੀ ਦੀ ਉਸ ਦੇ ਟਰੱਕ ਨਾਲ ਟੱਕਰ ਹੋ ਗਈ ਅਤੇ ਉਸ ਕਾਰ ਵਾਲੇ ਦੀ ਆਪਣੀ ਗਲਤੀ ਹੋਣ ਦੇ ਬਾਵਜੂਦ ਉਹ ਮੇਰੇ ਨਾਲ ਝਗੜਾ ਕਰਨ ਲੱਗਾ। ਰਾਜੂ ਨੇ ਦੱਸਿਆ ਕਿ ਗੱਡੀ ਵਾਲਾ ਖੁਦ ਨੂੰ ਪੁਲਿਸ ਮੁਲਾਜ਼ਮ ਦੱਸ ਰਿਹਾ ਸੀ ਅਤੇ ਉਸ ਨੇ ਉਸ ਦੀ ਗੱਡੀ ਦੀ ਚਾਬੀ ਅਤੇ ਮੋਬਾਈਲ ਫੋਨ ਵੀ ਖੋਹ ਲਿਆ ਅਤੇ ਕਿਹਾ ਕਿ ਥਾਣਾ ਡਿਵੀਜ਼ਨ ਨੰਬਰ 2 ਵਿੱਚ ਆ ਜਾ। ਰਾਜੂ ਨੇ ਦੱਸਿਆ ਕਿ ਗੱਡੀ ਚੰਡੀਗੜ੍ਹ ਦੀ ਸੀ ਜਿਸ ਦਾ ਨੰਬਰ ਉਹ ਨੋਟ ਨਹੀਂ ਕਰ ਸਕਿਆ। ਜਲੰਧਰ ਤੋਂ ਰਵੀ ਗਿੱਲ ਅਤੇ ਸਾਹਿਲ ਮਲਹੋਤਰਾ ਦੀ ਰਿਪੋਰਟ। ਉਹ ਮੇਰੀ ਗਲਤੀ ਨਹੀਂ ਸੀਗੀ, ਮੱਛੀ ਮਾਰਕੀਟ ਗੱਡੀ ਮੈਂ ਲੈ ਕੇ ਆ ਰਿਹਾ ਸੀਗਾ ਬਸ਼ੀਰਪੁਰੇ ਤੋਂ, ਅਤੇ ਇੱਥੇ ਮੱਛੀ ਮਾਰਕੀਟ ਪੁਲਿਸ ਵਾਲੇ ਨੇ ਗੱਡੀ ਸਾਈਡ ਮਾਰੀ ਆ ਅਤੇ ਨਾਲੇ ਗੱਡੀ ਰੋਕ ਕੇ ਨਾਲੇ ਮੇਰੇ ਨਾਲ ਬਹਿਸ ਗਿਆ ਵਾ ਅਤੇ ਨਾਲੇ ਮੇਰਾ ਮੋਬਾਈਲ ਖੋਹ ਕੇ ਲੈ ਗਿਆ, ਨਾਲੇ ਗੱਡੀ ਵਿੱਚੋਂ ਚਾਬੀ ਕੱਢ ਕੇ ਲੈ ਗਿਆ ਅਤੇ ਨਾਲੇ ਮੈਨੂੰ ਕਹਿ ਗਿਆ ਡਿਵੀਜ਼ਨ ਨੰਬਰ 2 ਵਿੱਚ ਆ ਜੀ। ਵਰਦੀ ਪਾਈ ਹੋਈ ਸੀ ਉਹਨੇ? ਨਹੀਂ ਨਹੀਂ, ਸਿਵਲ 'ਚ ਸੀਗਾ, ਚੰਡੀਗੜ੍ਹ ਨੰਬਰ ਸੀਗਾ, ਆਲਟੋ ਗੱਡੀ ਸੀ। ਗੱਡੀ ਨੰਬਰ ਪਤਾ ਕੁਛ? ਗੱਡੀ ਨੰਬਰ ਨਹੀਂ ਪਤਾ ਵਾ, ਆਲਟੋ ਗੱਡੀ ਸੀ। ਭਾਈ ਤੁਹਾਡੀ ਕਿਸ ਚੀਜ਼ ਦੀ ਗੱਡੀ ਸੀ? ਮੇਰੀ ਕੂੜੇ ਦੀ ਜੀ, ਮੈਂ ਇੱਥੋਂ ਡੈਂਪ 'ਤੇ ਜਾ ਰਿਹਾ ਸੀਗਾ, ਵਰਿਆਣੇ ਬਸ਼ੀਰਪੁਰੇ ਚੱਕਿਆ ਸੀਗਾ ਕੂੜਾ ਅਤੇ ਵਰਿਆਣੇ ਜਾ ਰਿਹਾ ਸੀਗਾ ਜੀ। ਕੀ ਨਾਮ ਭਾਈ ਤੁਹਾਡਾ? ਰਾਜੂ ਜੀ। देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज़ चैनल केपीडी न्यूज़ हक सच और इंसाफ की आवाज़ आपको रखे सबसे आगे।